ਬੱਚਿਆਂ ਦੀ ਮੈਂ ਕੀ ਰਿਆਇਤ ਕਰਾਂ ਜਦੋਂ ਤੂੰ ਹੀ ਬੱਚਿਆਂ ਦੀ ਕੋਈ ਰਿਆਇਤ ਨਹੀਂ ਕੀਤੀ ਤੂੰ ਚਾਰ ਬੱਚੇ ਹੋ ਗਏ ਤੇਰੇ ਤੂੰ ਹੀ ਰਿਆਇਤ ਕਰ ਲਾ ਤੂੰ ਦੋ ਕਰ ਲਾ ਪਰ ਉਹ ਕਹਿੰਦਾ ਵੀ ਗੋਗੇ ਤੂੰ ਆਉਣਾ ਤੇ ਹੈ ਹੀ ਆ ਹਾਂ ਤੇ ਦੋ ਨਾ ਮਰਤਬਾ ਨਾ ਅਚਾਰ ਦੇ ਪਾ ਕੇ ਲਿਆਉਣੇ ਆ ਬੰਦੇ ਤੈਨੂੰ ਵੇਖ ਕੇ ਵੀ ਉਹਦਾ ਦਿਲ ਖੱਟਾ ਨਹੀਂ ਹੋਇਆ ਫਿਰ ਅਚਾਰ ਮੰਗਾ ਰਿਹਾ ਇੱਥੋਂ ਉਹ ਦੋ ਮਰਤਬਾ ਤੂੰ ਕੀ ਇਹ ਹੈਂਡ ਕੈਰੀ ਕੀ ਇਹ ਹੈਂਡ ਕੈਰੀ ਹੁੰਦਾ ਵਾ ਜਿਸ ਤਰ੍ਹਾਂ ਗੱਠੜੀ ਬੰਨ ਕੇ ਤੂੰ ਹੱਥ 'ਚ ਫੜੀ ਹੋਵੇ ਉਹਨੂੰ ਕਹਿੰਦੇ ਹੈਂਡ ਕੈਰੀ ਉਹ ਭਾਈ ਉਹ ਹਾਕੀ 'ਚ ਅਸੀਂ ਸੁਣਿਆ ਸੀ ਉਹ ਕੈਰੀ ਬੜਾ ਬੰਦਾ ਕਰਦੇ ਕਰਕੇ ਜੀ ਅਸਲਾਮ ਵਾਲੇਕਮ ਮੈਂ ਹਾਂ ਤੁਹਾਡਾ ਸਲੀਮ ਅਲਬੇਲਾ ਅਤੇ ਮੈਂ ਹਾਂ ਗੋਗਾ ਪਸਰੂਰੀ ਅਤੇ ਅੱਜ ਚਿਲਤਨ ਪਿਓਰ ਦਾ ਜੀ ਸਾਡੇ ਕੋਲ ਬਦਾਮ ਆ ਗੋਗਾ ਜੀ ਕੀ ਹੈ ਇਹ ਅਲਮੌਂਡਸ ਜੀ ਅਲਮੌਂਡਸ ਹਾਂਜੀ ਬਦਾਮ ਜੇ ਤੁਸੀਂ ਕਦੇ ਇੱਕ ਅੱਧਾ ਖਾਧਾ ਹੁੰਦਾ ਤਾਂ ਤੁਹਾਡਾ ਦਿਮਾਗ ਵੀ ਦਰੁਸਤ ਹੁੰਦਾ ਹਾਂ ਨਹੀਂ ਤੂੰ ਤਾਂ ਜੇਬ ਭਰੀ ਫਿਰਦਾ ਦੇਖੋ ਜੀ ਇਹਦੇ 'ਚ ਬਦਾਮ ਨੇ ਇਹਨੂੰ ਤੁਸੀਂ ਖਾਓਗੇ ਬੰਦੇ ਦਾ ਮਾਇੰਡ ਤੇਜ਼ ਹੁੰਦਾ ਕੋਲੈਸਟ੍ਰੋਲ ਵੀ ਘੱਟਦਾ ਇਹਦਾ ਅਤੇ ਬਦਾਮ ਵੈਸੇ ਹੀ ਬੜੀ ਤਾਕਤ ਵਾਲੀ ਚੀਜ਼ ਆ ਕਿਉਂ ਜੀ ਇਹਦੇ ਸਰਦਾਈ ਪੁਰਾਣੇ ਜਿਹੜੇ ਭਲਵਾਨ ਸੀ ਤੁਹਾਨੂੰ ਪਤਾ ਕਿੱਦਾਂ ਪੀਂਦੇ ਸੀ ਬਹੁਤ ਤਾਕਤ ਹੈ ਇਹਦੇ 'ਚ ਇਹ ਗੋਗੇ ਨੇ ਦੋ ਗਿਰੀਆਂ ਖਾ ਕੇ ਤਾਂ ਛੱਤ ਤੋਂ ਛਾਲ ਮਾਰਤੇ ਸੀ ਲਓ ਚੱਲੀਏ ਸਾਹ ਜੀ ਵੀਡੀਓ 'ਤੇ ਚਲੋ ਚੱਲੀਏ ਹੱਥ ਖੋਲ ਲਓ ਕੀ ਹੋਇਆ ਮਨੂਸੀ ਨਾ ਪਾਇਆ ਕਰੋ ਆਓ ਨਾ ਕੋਈ ਚਪਕਾਵੇ ਮੋਬਾਈਲ ਨੂੰ ਪੜਥੂ ਪਾਵੇ ਇਹਨੂੰ ਹਰ ਵੇਲੇ ਵੇਖੀ ਜਾਵੇ ਅਲਬੇਲਾ ਟੀਵੀ ਗੱਲ ਸੁਣ ਮੇਰਾ ਪੁੱਤ ਮੇਰਾ ਚਾਹਨੇ ਸਾਰੀ ਦੁਨੀਆ ਗਈ ਇਹਨੂੰ ਮਾਨੇ ਇਹ ਚੈਨਲ ਨੰਬਰ 1 ਅਲਬੇਲਾ ਟੀਵੀ ਤੰਗੀ ਦੇ ਹਾਲਾਤਾਂ ਵਿੱਚ ਸਭ ਨੂੰ ਹਸਾਵੇ ਲੋਕਾਂ ਦੇ ਹਾਸੇ ਲਈ ਜਿਹੜਾ ਹਰ ਸ਼ਹਿਰ ਵਿੱਚ ਜਾਵੇ ਓਹ ਅਲਬੇਲਾ ਏ ਦੇ ਹਾਲਾਤਾਂ ਵਿੱਚ ਸਭ ਨੂੰ ਹਸਾਵੇ ਲੋਕਾਂ ਦੇ ਹਾਸੇ ਲਈ ਜਿਹੜਾ ਹਰ ਸ਼ਹਿਰ ਵਿੱਚ ਜਾਵੇ ਉਹ ਅਲਬੇਲਾ ਹੋਏ ਤੇ ਜੁਗਤਾਂ ਦੀ ਬਣ ਦਿੱਕਤਾਂ ਹੋਏ ਤੇ ਵਿਕਿਆਂ ਦਾ ਨਹੀਂ ਕਾਰੋਬਾਰ ਹੋਏ ਨੂੰ ਵੇਖਦੇ ਸਮੁੰਦਰੋਂ ਪਾਰ ਅਲਬੇਲਾ ਟੀਵੀ ਅਲਬੇਲਾ ਟੀਵੀ ਵੇਖੋ ਜੀ ਵੇਖੋ ਜੀ ਵੇਖੋ ਜੀ ਅਸਲਾਮ ਵਾਲੇਕੁਮ ਜੀ ਵਾਲਕਮ ਸਲਾਮ ਭਾਈ ਕੀ ਹਾਲ ਹੈ ਠੀਕ ਸ਼ੁਕਰ ਅੱਲਾਹ ਦਾ ਹਾਂਜੀ ਜੀ ਹੁਕਮ ਭਾਜੀ ਬਾਹਰ ਜਾਣਾ ਬਾਹਰ ਜਾਣਾ ਹਾਂਜੀ ਇੱਥੋਂ ਨਿਕਲੋਗੇ ਨਾ ਸੱਜੇ ਹੱਥ ਪੌੜੀਆਂ ਉਤਰੋਗੇ ਤਾਂ ਬਾਹਰ ਨਿਕਲ ਜਾਓਗੇ ਨਹੀਂ ਨਹੀਂ ਭਾਜੀ ਦੂਸਰੇ ਮੁਲਕ ਜਾਣਾ ਵਾ ਬਾਹਰ ਬਾਹਰ ਦੇ ਮੁਲਕ ਕਵੋ ਨਾ ਫਿਰ ਹਾਂਜੀ ਬਾਹਰ ਜਾਣਾ ਅੱਲਾਹ ਰਹਿਮ ਕਰੇ ਬਾਹਰੋਂ ਤਾਂ ਆਏ ਹੋ ਤੁਸੀਂ ਕਿੱਥੇ ਜਾਣਾ ਜੀ ਕਿਸ ਭਾਜੀ ਯੂਕੇ ਜਾਣਾ ਯੂਕੇ ਚਲੇ ਜਾਵਾਂਗੇ ਜੀ ਹਾਂਜੀ ਕੀ ਟਿਕਟ ਚਾਹੀਦਾ ਹਾਂਜੀ ਟਿਕਟ ਚਾਹੀਦਾ ਠੀਕ ਹੈ ਮਿਲ ਜਾਂਦਾ ਬਹਿ ਜਾਓ ਕਿਹੜੇ ਜਹਾਜ਼ 'ਤੇ ਜਾਣਾ ਕਿੰਨੇ ਲੋਕ ਹੋ ਤੁਸੀਂ ਇਕੱਲੇ ਨਹੀਂ ਜਾਣਾ ਨਹੀਂ ਭਾਜੀ ਬੇਗਮ ਹੈ ਨਾਲ ਅੱਛਾ ਅਤੇ ਚਾਰ ਬੱਚੇ ਹੈ ਬੱਚਿਆਂ ਨੇ ਵੀ ਜਾਣਾ ਹਾਂਜੀ ਬੱਚਿਆਂ ਦੀ ਉਮਰ ਕੀ ਹੈ ਬੱਚਿਆਂ ਦੀ ਉਮਰ ਇੱਕ ਦੀ 12 ਸਾਲ ਹੈ ਹਾਂਜੀ ਇੱਕ ਦੀ 9 ਸਾਲ ਆ ਅੱਛਾ ਇੱਕ ਦੀ 8 ਸਾਲ ਆ ਅਤੇ ਇੱਕ ਦੀ 6 ਸਾਲ ਆ ਚਾਰ ਬੱਚਿਆਂ ਦੀ ਹਾਂਜੀ ਟੋਟਲ ਕਿੰਨੀ ਉਮਰ ਹੋ ਗਈ ਇਹਨਾਂ ਦੀ ਟੋਟਲ ਤੁਸੀਂ ਟੋਟਲ ਉਮਰ ਨੂੰ ਕੀ ਕਹਿਣਾ ਵਾ ਨਹੀਂ ਜਿਹੜਾ ਹੁੰਦਾ ਨਾ 2 ਸਾਲ ਤੋਂ ਘੱਟ ਬੱਚਾ ਉਹਦੀ ਟਿਕਟ ਨਹੀਂ ਹੁੰਦੀ ਜਿਹੜਾ ਬੱਚਾ ਹੁੰਦਾ ਨਾ 2 ਸਾਲ ਤੋਂ ਉੱਪਰ ਜਿਹਨੇ ਸੀਟ 'ਤੇ ਬਹਿ ਕੇ ਜਾਣਾ ਅਤੇ ਉਹਦੀ ਟਿਕਟ ਹੁੰਦੀ ਥੋੜ੍ਹਾ ਜਿਹਾ ਡਿਸਕਾਊਂਟ ਹੁੰਦਾ ਉਹਦੇ ਵਿੱਚ ਨਹੀਂ ਭਾਅ ਜੀ ਮੈਂ ਤਾਂ ਬੜੀ ਮੁਸ਼ਕਿਲਾਂ ਨਾਲ ਉਹ 2 ਟਿਕਟਾਂ ਜੋਗੇ ਪੈਸੇ ਕੀਤੇ ਆ ਬੱਚੇ ਛੋਟੇ ਹੀ ਆ ਅਤੇ ਬੱਚੇ ਰਹਿਣ ਦੇ ਘਰ ਫਿਰ ਸਿਆਣੇ ਵਿਆਹਣੇ ਬੱਚੇ ਆ ਜਿਹੜਾ 12 ਸਾਲ ਦਾ ਵਾ ਨਹੀਂ ਉਹ ਪਿੱਛੋਂ ਕਿਹਦੇ ਕੋਲ ਰਹਿਣੇ ਮੈਂ ਇਕੱਲਾ ਤਾਂ ਰਹਿੰਦਾ ਜੀ ਮੇਰੇ ਨਾਲ ਤਾਂ ਹੈ ਨਹੀਂ ਕੋਈ ਭੈਣ ਭਰਾ ਤੂੰ ਕਿਹੜਾ ਸਹੁਰੇ ਚੱਲਾਂ ਯੂਕੇ ਜਾਣਾ ਲੰਡਨ ਜਾਣਾ ਵਾ ਟਿਕਟ ਬੱਚਿਆਂ ਦੀ ਤਾਂ ਲੈਣੀ ਪੈਣੀ ਹੈ ਨਾ ਨਹੀਂ ਭਾਅ ਜੀ ਟਿਕਟ ਇੰਨੇ ਤਾਂ ਮੈਂ ਤਾਂ ਆਹ ਬੜਾ ਮਾਰ ਮਾਰ ਕੇ ਪੈਸੇ ਇਕੱਠੇ ਕਰਕੇ ਅਤੇ ਚੱਲੇ ਹਾਂ ਵੀ ਚਲੋ ਅਤੇ ਕੀ ਗੱਲ ਖੈਰ ਨਾ ਜਾ ਰਹੇ ਉੱਥੇ ਤੁਸੀਂ ਹਾਂਜੀ ਉਹ ਮੇਰਾ ਦੋਸਤ ਆ ਜੀ ਯੂਕੇ ਦੇ ਵਿੱਚ ਨਾ ਠੀਕ ਆ ਉਹ ਬੁਲਾ ਰਿਹਾ ਮੈਨੂੰ ਨਹੀਂ ਤੁਸੀਂ ਏਅਰਲਾਈਨ 'ਤੇ ਸਿਲੈਕਟ ਕਰੋ ਕਿਹੜੀ 'ਚ ਜਾਣਾ ਤੁਸੀਂ PIA 'ਚ ਜਾਣਾ ਇਤਿਹਾਦ 'ਚ ਜਾਣਾ ਕਤਰ 'ਚ ਜਾਣਾ ਜਾਂ ਐਮਰੇਟਸ 'ਚ ਜਾਣਾ ਸਾਰੀ ਭਾਈ ਇਹਨਾਂ 'ਚ ਸਸਤੀ ਕਿਹੜੀ ਆ ਟਿਕਟ ਨਹੀਂ ਟਿਕਟਾਂ ਦੇ ਰੋਜ਼ ਰੇਟ ਘੱਟਦੇ ਵੱਧਦੇ ਰਹਿੰਦੇ ਨੇ ਅਗਰ ਤੁਸੀਂ ਜਾਣਾ ਅੱਜ ਹਾਂਜੀ ਐਮਰਜੈਂਸੀ ਉਹਦਾ ਰੇਟ ਹੋਰ ਹੁੰਦਾ ਅਗਰ ਮਹੀਨਾ ਪਹਿਲੇ ਤੁਸੀਂ ਲਵੋਗੇ ਟਿਕਟ ਉਹਦਾ ਰੇਟ ਹੋਰ ਆ 10 ਦਿਨ ਪਹਿਲੇ ਉਹਦਾ ਹੋਰ ਆ ਅਤੇ ਜੇ ਮੈਂ ਸਾਲ ਬਾਅਦ ਜਾਣਾ ਹੋਵੇ ਹੁਣ ਟਿਕਟ ਕਰਾ ਲਾ ਉਹਦਾ ਫਿਰ ਕਿੰਨਾ ਕੁ ਬਿਲਕੁਲ ਹੀ ਘੱਟ ਹੋ ਜਾਣਗੇ ਸਾਲ ਬਾਅਦ ਜਾਣਾ ਨਹੀਂ ਨਹੀਂ ਮੈਂ ਜਿੰਨਾ ਡਿਲੇ ਕਰਾਂ ਤੂੰ ਫਿਰ ਟਿਕਟ ਜ਼ਰੂਰ ਲੈਣਾ ਤੂੰ ਤੁਰ ਪਾਓ ਸਾਲ ਬਾਅਦ ਪਹੁੰਚ ਹੀ ਜਾਏਗਾ ਉੱਥੇ ਪੈਦਲ ਹੋ ਜਾ ਵਿੱਚੋਂ ਦੀ ਮੁਹੰਮਦ ਅਲੀ ਦੇਖ ਦੋਹਾ ਪਈ ਹੈ ਪਰਸੋਂ ਦੀ
ਦੋਹਾ ਲੈ ਲਓ ਤੁਸੀਂ 6 ਟਿਕਟਾਂ ਮੈਂ ਕਰ ਦਿੰਦਾ ਮੈਂ ਪਾਸਪੋਰਟ ਲਿਆਓ ਦਿਓ ਬਣਾ ਦਿੰਦਾ ਮੈਂ ਤੁਹਾਨੂੰ ਕੀ ਰੇਟ ਕੀ ਆ 1,42,000 ਇੱਕ ਟਿਕਟ ਦਾ PIA ਪਈ ਕੋਈ ਨਹੀਂ PIA ਨਹੀਂ ਪੜੀ PIA ਹੁੰਦੀ ਫਿਰ ਤੂੰ ਡਾਇਰੈਕਟ ਜਾਣਾ ਸੀ ਉੱਥੇ ਲਓ ਭਾਅ ਜੀ ਪਾਸਪੋਰਟ ਦਿਓ ਤੁਹਾਨੂੰ ਟਿਕਟ ਬਣਾ ਦਈਏ ਟਿਕਟ ਤਾਂ ਕੋਈ ਪਤਾ ਨਹੀਂ ਹੁੰਦਾ ਹੁਣੇ ਕੋਈ ਫੋਨ ਆ ਗਿਆ ਤਾਂ ਮੁੜ ਕੇ ਉਹ ਵੀ ਹੱਥੋਂ ਨਿਕਲ ਜਾਣੀਆਂ ਤੁਹਾਡੀਆਂ ਔਰ ਉਹ ਸੱਚ ਉਹ ਤੁਹਾਨੂੰ ਪੁੱਛਿਆ ਹੀ ਨਹੀਂ ਹੈਗਾ ਉਹ ਕਿੱਥੇ ਤੁਹਾਡਾ ਵੈਕਸੀਨ ਲਵਾਈ ਹੈ ਹਾਂਜੀ ਵੈਕਸੀਨ ਕਾਰਡ ਬੂਸਟਰ ਲਵਾਇਆ ਉਹ ਬੂਸਟਰ ਹੁੰਦਾ ਭਾਈ ਜਿਹੜਾ ਮਤਲਬ ਹੁਣ ਲੱਗ ਰਹੇ ਨੇ ਸਾਰਿਆਂ ਨੂੰ ਬੂਸਟਰ ਲੱਗ ਰਹੇ ਨੇ ਯਾਰ ਨਹੀਂ ਉਹ ਤਾਂ ਨਹੀਂ ਮੈਂ ਹਜੇ ਲਵਾਈ ਘਰ ਕੇਬਲ ਲਵਾਈ ਹੈ ਅਖਬਾਰ ਲਵਾਈ ਹੈ ਦੁੱਧ ਵਾਲਾ ਲਵਾਇਆ ਘਰ ਯਾਰ ਇਹਦਾ ਨਾ ਕੀ ਚੱਲਿਆ ਤੇ ਇਸ ਗੱਲ ਦਾ ਵੀ ਆਹ ਤੂੰ ਇੰਨਾ ਕੁਛ ਲਵਾਇਆ ਤੇ ਬੂਸਟਰ ਕਿਉਂ ਨਹੀਂ ਲਵਾਈ ਲੰਡਨ ਤੂੰ ਜਾ ਰਿਹਾ ਵੀਜ਼ਾ ਤੂੰ ਲਵਾ ਰਿਹਾ ਤੇ ਬੂਸਟਰ ਨਹੀਂ ਲਵਾਈ ਨਹੀਂ ਲਵਾਈ ਵਾਕਈ ਫਿਰ ਨਹੀਂ ਤੂੰ ਜਾ ਸਕਦਾ ਨਹੀਂ ਨਹੀਂ ਉਹ ਤਾਂ ਭਾਜੀ ਫ੍ਰੀ ਲੱਗਣ ਦੀ ਆ ਉਹ ਮੈਂ ਲਵਾ ਲੈਂਦਾ ਜਾ ਕੇ ਇੱਕ 5 ਮਿੰਟ ਲੱਗਣੇ ਆ ਲਾਗੇ ਹਸਪਤਾਲ ਹੈਗਾ 5 ਮਿੰਟ ਨਹੀਂ ਭਾਈ ਉਹਦਾ ਪਹਿਲੇ ਚਾਹੀਦਾ ਹੁੰਦਾ ਉਹਦੀ ਰਿਪੋਰਟ ਚਾਹੀਦੀ ਹੁੰਦੀ ਹੈ ਉਹਦੀ ਕਾਹਦੀ ਰਿਪੋਰਟ ਥਾਣੇ ਰਿਪੋਰਟ ਲਿਖਾਉਣੀ ਪੈਂਦੀ ਹੈ ਉਹਨੇ ਜਹਾਜ਼ 'ਚ ਬਹਿਣ ਤੋਂ ਪਹਿਲੇ ਉਹ ਦਿਖਾਉਣਾ ਪੈਂਦਾ ਕਾਰਡ ਬਣਿਆ ਤੇਰਾ ਵੈਕਸੀਨ ਵਾਲਾ ਕਾਰਡ ਬਣਿਆ ਹਾਂਜੀ ਹੈਗਾ ਕਾਰਡ ਚਲੋ ਠੀਕ ਆ ਚਲੋ ਉਹ ਤਾਂ ਸ਼ੁਕਰ ਆ ਅਤੇ ਦੱਸੋ ਹੁਣ ਬਣਾ ਦਿਆਂ ਟਿਕਟ ਨਹੀਂ ਟਿਕਟ ਬਣਾ ਦਿਓ ਭਾਅ ਜੀ ਲੇਕਿਨ ਬੱਚਿਆਂ ਦਾ ਮਸਲਾ ਵਾ ਵੀ ਉਹਨਾਂ ਦਾ ਤਾਂ ਮੈਨੂੰ ਦਵੋ ਨਾ ਕੋਈ ਰਿਆਇਤ ਕਰੋ ਉਹਦੀ ਕੋਈ ਬੱਚਿਆਂ ਦੀ ਮੈਂ ਕੀ ਰਿਆਇਤ ਕਰਾਂ ਜਦੋਂ ਤੂੰ ਹੀ ਬੱਚਿਆਂ ਦੀ ਕੋਈ ਰਿਆਇਤ ਨਹੀਂ ਕੀਤੀ ਤੂੰ 4 ਬੱਚੇ ਹੋ ਗਏ ਤੇਰੇ ਤੂੰ ਹੀ ਰਿਆਇਤ ਕਰ ਲਾ ਤੂੰ 2 ਕਰ ਲਾ ਨਹੀਂ ਤੂੰ ਇਹ ਗੱਲ ਨਾ ਕਰੋ ਤੁਸੀਂ ਉਹ ਤਾਂ ਮੇਰੇ ਬੱਚੇ ਅੱਲਾ ਨੇ ਦਿੱਤੇ ਆ ਉਹ ਵੀਰੇ ਮੇਰੇ ਕੋਲ ਪਿਓ ਦੇ ਜਹਾਜ਼ ਨਹੀਂ ਅਸੀਂ ਤਾਂ ਟਰੈਵਲ ਏਜੰਸੀ ਆ ਸਾਡੀ ਅਸੀਂ ਟਿਕਟ ਬਣਾ ਕੇ ਕਸਟਮਰ ਦੇ ਹੱਥ ਫੜਾਉਣੀ ਉਹਨੇ ਸਫ਼ਰ ਕਰਨਾ ਬੱਚੇ ਉਹਨਾਂ ਨੇ ਬਹਿਣ ਨਹੀਂ ਦੇਣੇ ਭਾਅ ਜੀ ਮੈਨੂੰ ਤਾਂ ਨਾ ਨਮਾਨ ਸਾਹਿਬ ਨੇ ਭੇਜਿਆ ਸੀ ਕਿ ਉੱਥੇ ਨਾ ਫਰਜ਼ਾਨ ਟਰੈਵਲ 'ਤੇ ਚੱਲ ਜਾ ਅਤੇ ਉਹ ਤੈਨੂੰ ਨਾ ਰਿਆਇਤ ਵੀ ਕਰਨਗੇ ਅਤੇ ਜੋ ਕੁਛ ਹੋ ਸਕਿਆ ਨਾ ਨਹੀਂ ਰਿਆਇਤ ਅਸੀਂ ਇਹੀ ਕਰਾਂਗੇ ਤੁਹਾਨੂੰ ਮਤਲਬ ਕਿ ਚਾਹ ਚੂਹ ਪਿਆ ਦਿੰਦੇ ਹਾਂ ਖਾਣਾ ਖਵਾ ਦਿੰਦੇ ਹਾਂ ਹੋਰ ਕੋਈ ਮਾਲਸ਼ੀਆ ਲਿਆ ਕੇ ਤੁਹਾਨੂੰ ਘੁੱਟ ਦਿੰਦੇ ਹਾਂ ਤੁਸੀਂ ਬਹੁਤ ਸਫ਼ਰ ਕਰਨਾ ਨਹੀਂ ਇਹ ਸਹੂਲਤਾਂ ਉੱਥੇ ਜਹਾਜ਼ 'ਚ ਨਹੀਂ ਦੇ ਸਕਦੇ ਜਿਹੜੀ ਚਾਹ ਇੱਥੇ ਪੀ ਨਹੀਂ ਜਹਾਜ਼ 'ਚ ਤੁਹਾਨੂੰ ਖਾਣਾ ਮਿਲੇਗਾ ਸਭ ਕੁਛ ਮਿਲੇਗਾ ਚਾਹੇ ਵੀ ਹਰ ਚੀਜ਼ ਅਤੇ ਉਹ ਭਾਅ ਜੀ ਦਰਅਸਲ ਨਾ ਉਹ ਮੇਰਾ ਦੋਸਤ ਜਿਹੜਾ ਨਾ ਉਹ ਭਲਾ ਹੋਵੇ ਉਹਦਾ ਉਹਨੇ ਮੈਨੂੰ ਬੁਲਾਇਆ ਵਾ ਚਲੋ ਉਹਦੀ ਮਿਹਰਬਾਨੀ ਹਾਂਜੀ ਇੱਥੇ ਰਿਸ਼ਤੇਦਾਰ ਭੈਣ ਭਰਾ ਨਹੀਂ ਬੁਲਾਉਂਦੇ ਕਿਸੇ ਨੂੰ ਇੱਥੇ ਨਹੀਂ ਬੁਲਾਉਂਦੇ ਅਗਲੇ ਉਹ ਤਾਂ ਬਹੁਤ ਦੂਰ ਆ ਤੈਨੂੰ ਤਾਂ ਇੱਥੇ ਵੀ ਨਹੀਂ ਬੁਲਾਉਂਦੇ ਉਹ ਭਾਅ ਜੀ ਦੇਖ ਲਓ ਹਜੇ ਯੂਰਪ ਦੇ ਵਿੱਚ ਹਰ ਕੰਮ ਦੀ ਸਹੂਲਤ ਹੁੰਦੀ ਆ ਹਾਂਜੀ ਹਾਂਜੀ ਸਮਝ ਜਾਣਾ ਉਹਦੇ ਨਾ ਹਲਕੇ ਜਿਹਾ ਨਾ ਉਹਦੇ ਮੋਹਰਿਆਂ ਦਾ ਮਸਲਾ ਵਾ ਜਿਹੜਾ ਮੇਰਾ ਦੋਸਤ ਅੱਛਾ ਅੱਛਾ ਮਾੜੀ ਗੱਲ ਅਤੇ ਬੈੱਡ ਬੁੱਡ ਵੀ ਉਹਦੇ ਕੋਲ ਹੈ ਵਾ ਪਰ ਉਹਨੇ ਕਿਹਾ ਵੀ ਯਾਰ ਤੂੰ ਗੋਗੇ ਆਉਣਾ ਤਾਂ ਹੈ ਹੀ ਆ ਅਤੇ 2 ਨਾ ਮੰਜੀਆਂ ਜਿਹੜੀਆਂ ਨਾ ਲੋਹੇ ਦੀਆਂ ਉਹ ਤੂੰ ਲੈ ਆਉਣੀਆਂ ਵਾਣ ਵਾਲੀਆਂ ਮੰਜੀਆਂ ਉਹਦੇ 'ਤੇ ਨਾ ਉਹ ਪਊਗਾ ਨਾ ਫਿਰ ਉਹਦੇ ਮੋਹਰੇ ਇੱਥੋਂ ਮੰਜੀਆਂ ਲੈ ਕੇ ਜਾਣੀਆਂ ਤੂੰ ਹਾਂਜੀ ਕਿਹੜਾ ਜਹਾਜ਼ ਆ ਜਿਹੜਾ ਮੰਜੀਆਂ ਵਿੱਚ ਰੱਖਣ ਦਊ ਤੈਨੂੰ ਯਾਰ ਉਹ ਖੁਦਾ ਦਾ ਖੌਫ ਕਰ ਫੋਲਡਿੰਗ ਮੰਜੀਆਂ ਤੇਰੀਆਂ ਕੋ ਨਹੀਂ ਭਾਅ ਜੀ ਉਹ ਉਹਨੂੰ ਤੂੰ ਮਸ਼ਵਰਾ ਦੇ ਉਹਨੂੰ ਕਹਿ ਥੱਲੇ ਸੌਂਇਆ ਕਰ ਮੋਹਰਿਆਂ ਦਾ ਮਸਲਾ ਤੇ ਉਹ ਭਾਅ ਜੀ ਉਹ ਨਾ UK ਦੇ ਵਿੱਚ ਰਹਿ ਕੇ ਵੀ ਨਾ ਆਪਣਾ ਕਲਚਰ ਨਹੀਂ ਭੁੱਲਿਆ ਉਹ ਕਹਿੰਦਾ ਮੰਜੀ ਨਾਲ ਕਿਹੜਾ ਕਲਚਰ ਆ ਗਿਆ ਯਾਰ ਸੌਣਾ ਹੀ ਆ ਬੰਦਾ ਥੱਲੇ ਸੌਂ ਜਾਂਦਾ ਵਾ ਅਤੇ ਹਾਲਾਂਕਿ ਦੇਖ ਲਓ ਤੁਸੀਂ ਵੀ ਕਿੰਨਾ ਵੱਡੇ ਵੱਡੇ ਸਟੋਰ UK ਦੇ ਵਿੱਚ ਹੁੰਦੇ ਹਰ ਸ਼ੈ ਲੱਭਦੀ ਆ ਬਿਲਕੁਲ ਪਰ ਉਹ ਕਹਿੰਦਾ ਵੀ ਗੋਗੇ ਤੂੰ ਆਉਣਾ ਤਾਂ ਹੈ ਹੀ ਆ ਅਤੇ 2 ਨਾ ਮਰਤਬਾ ਨਾ ਅਚਾਰ ਦੇ ਪਾ ਕੇ ਲਿਆਉਣੇ ਆ ਵੱਡੇ ਤੈਨੂੰ ਵੇਖ ਕੇ ਵੀ ਉਹਦਾ ਦਿਲ ਖੱਟਾ ਨਹੀਂ ਹੋਇਆ ਫਿਰ ਅਚਾਰ ਮੰਗਾ ਰਿਹਾ ਇੱਥੋਂ ਉਹ 2 ਮਰਤਬਾ ਤੂੰ ਵਿੱਚ ਲੈ ਕੇ ਜਾਣੇ ਲਿਕੁਇਡ ਚੀਜ਼ਾਂ ਨਹੀਂ ਲੈ ਕੇ ਜਾਣ ਦਿੰਦੇ ਭਾਈ ਉਹ ਜਹਾਜ਼ ਨੇ ਉੱਤੇ ਜਾ ਕੇ ਉੱਡਣਾ ਵਾ ਉਹ ਸਾਰੀਆਂ ਚੀਜ਼ਾਂ ਖੁੱਲ੍ਹ ਜਾਣੀਆਂ ਵਿੱਚ ਸਾਰੇ ਵਿੱਚੋਂ ਸਮੈਲ ਅਚਾਰ ਦੀ ਆਵੇ ਜਹਾਜ਼ 'ਚੋਂ ਅਗਲੇ ਕਹਿਣਗੇ ਕਿਹੜੇ ਅਸੀਂ ਅਚਾਰ ਵਾਲੇ ਜਹਾਜ਼ 'ਚ ਬਹਿ ਗਏ ਹਾਂ ਨਹੀਂ ਉਹ ਨਾ ਤੇਲ ਸਰੋਂ ਦਾ ਲੈਦਾ ਉੱਥੋਂ ਲੈ ਲਾਂਗੇ ਅਤੇ ਅਚਾਰ ਤਾਂ ਮੈਂ ਲੈ ਜਾਣਾ ਜਿਹੜਾ ਤੂੰ ਸਰੋਂ ਦਾ ਤੇਲ ਜੋ ਉੱਥੋਂ ਲੈਣਾ ਅਤੇ ਉਹ ਮਰਤਬਾਨ ਵੀ ਉੱਥੋਂ ਹੀ ਲਵੇ ਉੱਥੋਂ ਹਰ ਸ਼ੈ ਮਿਲਦੀ ਭਾਅ ਜੀ ਭਾਅ ਜੀ ਤੁਹਾਨੂੰ ਦੱਸਿਆ ਨਾ ਉਹ ਆਪਣੇ ਨਾ ਪੰਜਾਬ ਨਾਲ ਬੜਾ ਪਿਆਰ ਕਰਦਾ ਕਲਚਰ ਨਾਲ ਨਾ ਅੱਛਾ ਉਹ ਹਾਲਾਂਕਿ ਉੱਥੇ ਦੇਖ ਲਓ ਲੈਦਰ ਦੀਆਂ ਕਿੰਨੀਆਂ ਜੁੱਤੀਆਂ ਮਿਲਦੀਆਂ ਬਹੁਤ ਜ਼ਿਆਦਾ ਉਹ ਕਹਿੰਦਾ ਵੀ ਕੁਹਾਟ ਤੋਂ ਨਾ ਤੂੰ ਕੁਹਾਟੀ ਚੱਪਲਾਂ ਨਾ 5-6 ਲਿਆ ਕੇ ਐਵੇਂ ਮਿਲ ਲਈ ਨਾ ਉੱਥੇ ਵੇਚਣੀਆਂ ਉਹਨੇ ਆਉਣਾ ਤਾਂ ਹੈ ਹੀ ਆ ਕੀ ਗੱਲ ਇੰਨੀਆਂ ਚੱਪਲਾਂ ਉਹਨੇ ਕੁਹਾਟੀ ਉੱਥੇ ਅੱਲਾ ਰਹਿਮ ਕਰੇ ਕਿ ਮਲਕਾ ਬਰਤਾਨੀਆ ਨੂੰ ਗਿਫਟ ਦੇਣਾ ਉਹਨੇ ਨਹੀਂ ਉਹ ਭਾਅ ਜੀ ਕਹਿੰਦਾ ਉਹਨੂੰ ਖੁਸ਼ੀ ਚੜੀ ਆ ਨਾ ਕਿ ਭਰਾ ਆ ਰਿਹਾ ਵਾ ਅੱਛਾ ਜਿਹੜੀਆਂ ਚੀਜ਼ਾਂ ਕੋਈ ਨਹੀਂ ਚਲੋ ਜੁੱਤੀਆਂ ਉੱਥੇ ਤੁਸੀਂ ਲੈ ਜਾ ਸਕਦੇ ਹੋ ਕੋਈ ਐਸੀ ਗੱਲ ਨਹੀਂ ਭਾਅ ਜੀ ਯੂਰਪ 'ਚ ਦੇਖ ਲਓ ਅਜੇ ਲਾਕਰ ਸ਼ਾਕਰ ਵੀ ਹੁੰਦੇ ਆ ਹਾਂਜੀ ਹਾਂ ਮੇਰੀ ਉਹਦੀ ਫੋਨ 'ਤੇ ਗੱਲ ਹੋਈ ਉਹਦੇ ਨਾਲ ਦੋਸਤ ਆ ਉਹਦੇ ਪੈਸੇ ਕੱਢ ਲੈਂਦੇ ਆ ਉੱਥੇ ਵੀ ਹਾਂਜੀ
ਤੇ ਉਹ ਕਹਿੰਦਾ ਨਾ ਗੋਗੇ ਤੂੰ ਆਉਣਾ ਤੇ ਹੈ ਹੀ ਆ ਤੇ ਤੂੰ ਨਾ ਇੱਕ ਡਰੰਮੀ ਵੱਡੀ ਮੋਟੀ ਗੇਜ ਦੀ ਨਾ ਬਣਵਾ ਕੇ ਨਾਲ ਨਾ ਦੇਸੀ ਤਾਲਾ ਤੇ ਉਹ ਇੱਕ ਡਰੰਮੀ ਵੀ ਲੈ ਕੇ ਆਈ ਤਾਂ ਕਿ ਮੈਂ ਉਹਦੇ 'ਚ ਪੈਸੇ ਸੁੱਟ ਕੇ ਤੇ ਤਾਲਾ ਉਹਦੇ 'ਚ ਪੌਂਡ ਜੋੜਨੇ ਉਹਨੇ ਉਹਦੇ 'ਚ ਯਾਰ ਖੁਦਾ ਦਾ ਖਬਰ ਲੋਕਰ ਤੇ ਉੱਥੋਂ ਮਿਲ ਜਾਂਦੇ ਲੋਕਰ ਤੇ ਖੁੱਲਦਾ ਹੀ ਨਹੀਂ ਕਿਸੇ ਕੋਲ ਕੋਟ ਤੇਰੇ ਕੋਲ ਤੇ ਲੋਕਰ ਕੌਣ ਖੋਲੇਗਾ ਤੂੰ ਇੱਥੋਂ ਡਰੰਮੀ ਲੈ ਕੇ ਜਾਣੀ ਆ ਉਹਨੇ ਕਿਹਾ ਹੋਣਾ ਵਿੱਚ ਚੌਲ ਵੀ ਪਵਾਈ ਲਿਆਈ ਥੋੜ੍ਹੇ ਜਿਹੇ ਨਹੀਂ ਉਹ ਭਾਈ ਇਹਨੂੰ ਚਾਅ ਚੜਿਆ ਨਾ ਕਿ ਮੇਰਾ ਭਰਾ ਆ ਰਿਹਾ ਵਾ ਵੀ ਚਲੋ ਜਿਹੜੀ ਕੋਈ ਸ਼ੈ ਉਹ ਕੋਈ ਨਹੀਂ ਹੈ ਮੈਨੂੰ ਤੇਰੇ ਚਿਹਰੇ ਤੋਂ ਲੱਗਦਾ ਤੈਨੂੰ ਕੋਈ ਖੁਸ਼ੀ ਨਹੀਂ ਜਾਣਦੀ ਤੈਨੂੰ ਜ਼ਿਆਦਾ ਉਹ ਚੀਜ਼ਾਂ ਕਰੀ ਜਾਂਦਾ ਉੱਥੇ ਲਿਖਾਈ ਜਾਂਦਾ ਮੰਜੀਆਂ ਲੈ ਆਈ ਤੇ ਉੱਥੋਂ ਅਚਾਰ ਲੈ ਆਈ ਅਜੇ ਉਹ ਹਾਲਾਤ ਦੇਖ ਲਓ ਯੂਰਪ ਦੇ ਵਿੱਚ ਕਿੰਨੀ ਮੈਡੀਸਨ ਆਮ ਆ ਬਹੁਤ ਜ਼ਿਆਦਾ ਜੀ ਉਹਨੂੰ ਨਾ ਹੈਪਾਟਾਈਟਿਸ ਸੀ ਆ ਉਹਨੇ ਨਾ ਜਿਗਰ ਦੇ ਵਿੱਚ ਗਰਮੀ ਉਹਨੇ ਕਿਹਾ ਗੋਗੇ ਤੂੰ ਆਉਣਾ ਤਾਂ ਹੈ ਹੀ ਆ ਉੱਥੋਂ ਇੱਕ ਪੱਖਾ ਲਈ ਆਈ ਨਹੀਂ ਨਹੀਂ ਕਹਿੰਦਾ ਵੀ ਤੂੰ ਆਉਣਾ ਤੇ ਹੈ ਹੀ ਆ ਤੂੰ ਨਾ ਇੱਕ ਗੰਨਿਆਂ ਦੀ ਭਾਈ ਛੋਟੇ ਗੰਨੇ ਨਾ ਕਰਕੇ ਉਹਦੀ ਭਰੀ ਨਾ 10 ਕਿਲੋ ਦੀ ਕਹਿੰਦਾ 10-15 ਕਿਲੋ ਦੀ ਨਾ ਗੰਨਿਆਂ ਦੀ ਭਰੀ ਲੈ ਕੇ ਆਉਣੀ ਉਹ ਯਾਰ ਤੂੰ ਗੰਨਿਆਂ ਦੀ ਭਰੀ ਗੰਨੇ ਜਹਾਜ਼ 'ਚ ਕਿੰਨੇ ਰੱਖਣ ਦੇਣੇ ਯਾਰ ਗੰਨੇ ਤੈਨੂੰ ਹੈਂ ਜਹਾਜ਼ 'ਚ ਇੰਨੇ ਗੰਨੇ ਰੱਖੀ ਜਾਂਦਾ ਸਾਰਿਆਂ ਨੂੰ ਸ਼ੂਗਰ ਹੋ ਜਾਵੇ ਅਗਲੇ ਕਹਿਣੇ ਇਹ ਕੀ ਹੈ ਭਾਈ ਉਹ ਇਹ ਗੰਨੇ ਉੱਥੋਂ ਵੀ ਲੱਭ ਜਾਣਗੇ ਯਾਰ ਪੈਸੇ ਜੋ ਭਰਨੇ ਆ ਤੇ ਫਿਰ ਕਿਹੜਾ ਮਸਲਾ ਵਾ ਉਹਨੂੰ ਆਪਣੇ ਕਲਚਰ ਨਾਲ ਬਹੁਤ ਮੁਹੱਬਤ ਆ ਹਾਂਜੀ ਉਹਨੂੰ ਪੰਜਾਬ ਦੇ ਨੇ ਨਾ ਉਹ ਬੜਾ ਉਹਨੂੰ ਵੀ ਜਿਹੜੀਆਂ ਕਲਚਰ ਚੀਜ਼ਾਂ ਵਾ ਨਾ ਉਹ ਲਾਜ਼ਮੀ ਤੂੰ ਮੇਰਾ ਭਰਾ ਨਾ ਫਿਰ ਜਹਾਜ਼ ਦੇ ਵਿੱਚ 3-4 ਮੱਝਾਂ ਵੀ ਰੱਖ ਲਾ ਕੱਟੇ ਰੱਖ ਲਾ ਨਾਲ ਖੁਰਲੀ ਰੱਖ ਲਾ ਤੂੰ ਇਹਦੇ ਲਈ ਨਾ ਕੋਈ ਸਪੈਸ਼ਲ ਜਹਾਜ਼ ਕਰਵਾ ਇਹ ਚੀਜ਼ਾਂ ਇਹਦੇ 'ਚ ਨਹੀਂ ਜਾਣ ਦੇਣੀਆਂ ਉਹਨਾਂ ਨੇ ਇਹ ਤਾਂ 20 ਕਿਲੋ ਭਾਅ ਜੀ ਹੁੰਦਾ ਵਜ਼ਨ ਸਾਰਾ ਅਤੇ 10 ਕਿਲੋ ਹੈਂਡ ਕੈਰੀ ਕਰਨਾ ਤੁਸੀਂ ਹੈਂਡ ਕੈਰੀ ਹੁੰਦਾ ਵਾ ਜਿਸ ਤਰ੍ਹਾਂ ਗੱਠੜੀ ਬੰਨ ਕੇ ਤੂੰ ਹੱਥ ਫੜੀ ਹੋਵੇ ਉਹਨੂੰ ਕਹਿੰਦੇ ਹੈਂਡ ਕੈਰੀ ਉਹ ਭਾਈ ਉਹ ਹਾਕੀ 'ਚ ਅਸੀਂ ਸੁਣਿਆ ਸੀ ਉਹ ਕੈਰੀ ਬੜਾ ਬੰਦਾ ਕਰਦੇ ਕੈਰੀ ਭਾਈ ਤੁਸੀਂ ਦੇਖ ਲਓ ਉਹਨੂੰ ਕਲਚਰ ਨਾਲ ਕਿੰਨਾ ਕੁ ਪਿਆਰ ਆ ਪੰਜਾਬ ਚੜ੍ਹਦੇ ਪੰਜਾਬ ਬਹੁਤ ਪਿਆਰ ਮੈਂ ਕਹਿੰਦਾ ਜਿਹੜਾ ਤੈਨੂੰ ਜੀ ਬੁਲਾ ਰਿਹਾ ਉਹਨੂੰ ਕਲਚਰ ਨਾਲ ਕਿੰਨੀ ਮੁਹੱਬਤ ਹੋਣੀ ਉਹ ਕਹਿੰਦਾ ਸੀ ਵੀ ਹਾਲਾਂ ਫਰਿੱਜਾਂ ਤੁਹਾਨੂੰ ਪਤਾ ਵੀ ਯੂਰਪ ਦੇ ਵਿੱਚ ਹੈ ਹੀ ਨਹੀਂ ਹੈਗੀਆਂ ਜੀ ਅੱਛਾ ਅਤੇ ਉਹ ਕਹਿੰਦਾ ਵਾ ਵੀ ਤੂੰ ਨਾ ਆਉਂਦਿਆਂ ਨਾ ਮਿੱਟੀ ਦੇ ਘੜੇ ਲਿਆਉਣੇ ਆ ਦੋ ਉਹ ਤੂੰ ਸੋਹਣੀ ਦਾ ਭਰਾ ਤੂੰ ਘੜੇ ਲੈ ਕੇ ਜਾਣੇ ਉੱਥੇ ਯਾਰ ਤੂੰ ਘੜੇ 'ਤੇ ਬਹਿ ਕੇ ਚਲਾ ਜਾ ਫਿਰ ਨਾਲ ਗਾਉਂਦਾ ਜਾਈ ਮੈਨੂੰ ਪਾਰ ਲੰਘਾ ਦੇਵੇ ਘੜਿਆ ਮਿੰਨਤਾਂ ਤੇਰੀਆਂ ਇਹ ਕਿਹੜਾ ਕਲਚਰ ਆ ਉੱਥੇ ਘੜਾ ਵਜਾਉਂਦਾ ਤਾਂ ਨਹੀਂ ਉਹ ਭਾਈ ਉਹ ਨਾ ਉਹ ਕਲਚਰ ਨਾਲ ਉਹਨੂੰ ਬੜਾ ਪਿਆਰ ਆ ਉਹ ਯਾਰ ਐਡਾ ਕਲਚਰ ਕਿਹੜਾ ਚੜ੍ਹ ਗਿਆ ਵਾ ਭਾਈ ਇੰਨੀਆਂ ਚੀਜ਼ਾਂ ਜਿਹੜੀਆਂ ਵਾ ਉਹ ਵਜ਼ਨ ਦੇ ਫਿਰ ਮੈਨੂੰ ਹੀ ਪੈਸੇ ਪੈ ਜਾਣਗੇ ਨਾ ਉਹ ਪੈਸੇ ਪੈ ਜਾਣੇ ਆ ਲੇਕਿਨ ਤੇਰਾ ਹੀ ਸਮਾਨ ਜਾਣਾ ਹੋਰ ਕਿਸੇ ਕਸਟਮਰ ਦਾ ਨਹੀਂ ਜਾਣਾ ਬਾਕੀ ਸਾਰੇ ਖਾਲੀ ਹੱਥ ਆਉਣੇ ਘਰੋਂ ਭਾਈ ਦੇਖ ਲਓ ਹਾਲਾਂਕਿ ਹਰ ਸ਼ਹਿ ਖਾਣ ਪੀਣ ਉੱਥੇ ਖੁੱਲ੍ਹਾ ਵਾ ਲੇਕਿਨ ਉਹਨੂੰ ਆਪਣਾ ਕਲਚਰ ਨਹੀਂ ਭੁੱਲਦਾ ਉਹ ਕਹਿੰਦਾ ਗੋਗੇ ਤੂੰ ਆਉਣਾ ਤਾਂ ਹੈ ਹੀ ਆ ਅਤੇ ਤੂੰ ਨਾ 14 ਕੁ ਨਾ ਮੂਲੀਆਂ ਵਾਲੇ ਪਰੌਂਠੇ ਜਿਹੜੇ ਆ ਉਹ ਬਣਾ ਕੇ ਲਿਆਉਣੇ ਆ ਮੂਲੀਆਂ ਵਾਲੇ ਪਰੌਂਠੇ ਹਾਂਜੀ ਉਹ ਭਾਈ ਤੂੰ ਵਿੱਚ ਰੱਖਣ ਦੇ ਉਸਦੇ ਖਾ ਕੇ ਵੀ ਨਹੀਂ ਅਗਲੇ ਬਹਿਣ ਦਿੰਦੇ ਜਹਾਜ਼ ਦੇ ਵਿੱਚ ਕਿਉਂ ਮਾਹੌਲ ਖਰਾਬ ਕਰਨਾ ਮੂਲੀਆਂ ਵਾਲੇ ਪਰੌਂਠੇ ਵਿੱਚ ਲਈ ਫਿਰਦਾ ਵਿੱਚ ਅਚਾਰ ਲਈ ਫਿਰਦਾ ਗੰਨੇ ਲਈ ਫਿਰਦਾ ਯਾਰ ਉਹ ਤੂੰ ਪੱਤੋ ਕੀ ਚੱਲਾਂ ਲੰਡਨ ਜਾਣਾ UK ਤੋਂ ਹਰ ਚੀਜ਼ ਮਿਲਦੀ ਯਕੀਨ ਕਰ ਲਾ ਉੱਥੇ ਹਰ ਸ਼ੈ ਮਿਲਦੀ ਆ ਭਾਈ ਮੇਰੀ ਉਹਦੇ ਨਾਲ ਗੱਲ ਹੋਈ ਨਾ ਉਹ UK 'ਚ ਕਹਿੰਦਾ ਠੰਡ ਬਹੁਤ ਪੈਂਦੀ ਹੈ ਠੰਡ ਤਾਂ ਬਹੁਤ ਪੈਂਦੀ ਬਰਫਾਂ ਪੈਂਦੀਆਂ ਭਾਈ ਉੱਥੇ ਲੇਕਿਨ ਵਿੱਚ ਗਰਮੀ ਵੀ ਆਉਂਦੀ 2-3 ਮਹੀਨੇ ਹਾਂਜੀ ਉਹ ਹਾਲਾਂਕਿ ਉੱਥੇ ਬਲੈਂਕਿਟ ਅਤੇ ਕਿੰਨਾ ਕੁਛ ਸਹੂਲਤਾਂ ਕੰਬਲ ਸ਼ੰਬਲ ਆ ਮਿਲਦਾ ਲੇਕਿਨ ਭਾਈ ਉਹਨੂੰ ਨਾ ਆਪਣੇ ਕਲਚਰ ਨਾਲ ਪੰਜਾਬ ਨਾਲ ਬੜਾ ਪਿਆਰ ਆ ਅੱਛਾ ਜੀ ਹਾਂਜੀ ਉਹ ਕਹਿੰਦਾ ਗੋਗੇ ਤੂੰ ਆਉਣਾ ਤਾਂ ਹੈ ਹੀ ਆ ਅਤੇ ਤੂੰ ਨਾ 8 ਕੁ ਰਜ਼ਾਈਆਂ ਨਾ ਭਰਾ ਕੇ ਨਾ ਵੱਡੇ ਨਗੰਦੇ ਦੀਆਂ ਉਹ ਨਗੰਦਾ ਤੁਸੀਂ ਸਮਝਦੇ ਹੋ ਨਾ ਹਾਂਜੀ ਨਗੰਦੇ ਹਾਂ ਉਹ ਸੋਹਣੀਆਂ ਬੜੀਆਂ 8 ਰਜ਼ਾਈਆਂ ਭਰਾ ਕੇ ਨਾ ਅਤੇ ਤੂੰ ਉਹ ਲੈ ਗਿਆ ਵੀ ਚਲੋ ਉਹਦਾ ਕੋਈ ਸਾਲ ਨਿਕਲ ਜੂਗਾ ਉੱਥੇ ਰਜ਼ਾਈਆਂ ਵੀ ਇੱਥੋਂ ਲੈ ਕੇ ਜਾਣੀਆਂ ਉਹ ਯਾਰ ਉੱਥੇ ਕੀ ਆ ਉੱਥੇ ਕੱਖ ਨਹੀਂ ਉਹਨੂੰ ਲੱਭਦਾ ਉੱਥੇ ਉਹ ਜਿਹੜਾ ਤੇਰੇ ਕੋਈ ਸਾਰੀਆਂ ਚੀਜ਼ਾਂ ਮੰਗਾਈ ਜਾਂਦਾ ਉਹ ਲੰਡਨ ਨਹੀਂ ਗਿਆ ਉਹਨੂੰ ਫੇਰ ਪੁੱਛ ਲਾ ਭਾਈ ਕਿੱਥੇ ਗਿਆ ਤੂੰ ਭਾਈ ਦੇਖ ਲਓ UK ਦੇ ਵਿੱਚ ਲੋਕ ਤੇ ਵੈਸੇ ਡਾਇਟ ਚੀਜ਼ਾਂ ਬਹੁਤ ਖਾਂਦੇ ਆ ਹਾਂਜੀ ਲੇਕਿਨ ਭਾਈ ਉਹਨੂੰ ਆਪਣੇ ਨਾ ਕਲਚਰ ਨਾਲ ਬਹੁਤ ਪਿਆਰ ਆ ਅੱਛਾ ਉਹ ਕਹਿੰਦਾ ਗੋਗੇ ਤੂੰ ਆਉਣਾ ਤਾਂ ਹੈ ਹੀ ਆ ਤੂੰ ਨਾ 10 ਕੁ ਕਿਲੋ ਦੇਸੀ ਜਿਹੜਾ ਗੁੜ ਆ ਨਾ ਜਿਹੜਾ ਐਂਜ ਪੱਤ ਦਾ ਬਿਲਕੁਲ ਤਾਜ਼ਾ ਨਿਕਲੀ ਹੋਵੇ ਉਹਦੀਆਂ ਪੇਸੀਆਂ ਕਰਾ ਕੇ ਨਾ ਤੂੰ 10 ਕਿਲੋ ਲੈ ਕੇ ਆਉਣੀਆਂ ਲਾ ਦੀਆਂ ਤਾਂ ਕਿ ਉਹ ਨਾ ਫਿਰ ਯਾਰ ਉਹਨੂੰ ਇੰਨੇ ਆਪਣੇ ਕਲਚਰ ਨਾਲ ਮੁਹੱਬਤ ਆ ਉਹਨੂੰ ਕਹਿ ਮਾਰ ਇੱਥੇ ਆ ਜਾ ਇੱਥੇ ਰਹੋ ਕਲਚਰ 'ਚ ਇੱਥੇ ਮੱਝਾਂ ਦੇ ਵਿੱਚ ਵੱਜ ਜਾ ਕੇ ਪੱਠਿਆਂ 'ਚ ਸੌਂ ਜਾ ਕੇ ਕੁਰਲੀ 'ਚ ਵੱਜ ਗੰਨਿਆਂ 'ਚ ਵੜ ਜਾ ਕਦੀ ਕਦੀ ਸਾਗ ਖਾ ਕਦੀ ਕੁਛ ਖਾ ਐਡਾ ਇਹਨੂੰ ਕਲਚਰ ਚੜਿਆ ਅਤੇ ਜਾਂਦਾ ਹੀ ਨਾ ਉੱਥੇ ਅਤੇ ਭਾਅ ਜੀ ਬੱਚਿਆਂ ਵਾਸਤੇ ਫਿਰ ਮਿਹਨਤ ਕਰਦਾ ਨਾ ਬੰਦਾ ਫਿਰ ਬਾਹਰ ਵੀ ਯਾਰ ਐਡੀ ਕਿਹੜੀ ਮਿਹਨਤ ਆ ਭਾਈ ਬਹਿ ਜਾ ਤੂੰ ਤਾਂ ਮੈਨੂੰ ਥਕਾ ਤਾ ਗੱਲਾਂ ਕਰ ਕਰਕੇ ਥਕਾ ਤਾ ਵੀਰੇ ਤੂੰ ਇੱਥੋਂ ਹੀ ਵੇਖ ਹੋ ਕੇ ਤਾਂ ਨਿਕਲ ਜਾ ਨਹੀਂ ਨਹੀਂ ਭਾਈ ਆਹ ਦੇਖੋ ਨਾ ਭਾਅ ਜੀ ਆਹ ਜਹਾਜ਼ ਕਿੱਥੇ ਜਾ ਰਿਹਾ ਇਹ ਤੇਰੇ ਗੰਨੇ ਗੁੰਨੇ ਲੈਣ ਜਾ ਰਿਹਾ
ਇਹ ਤੇਰੀਆਂ ਰਜ਼ਾਈਆਂ ਰਜ਼ੋਈਆਂ ਉਹ ਸਾਰਾ ਕੁਛ ਇਹਦੇ 'ਚ ਲੱਦੇਗਾ, ਫਿਰ ਤੈਨੂੰ ਇੱਥੋਂ ਹੀ ਲੈ ਲਏਗਾ। ਉਹ ਯਾਰ ਖੁਦਾ ਦੇ ਆ ਬੰਦੇ ਆ, ਵੈਸੇ ਤਸਵੀਰ ਲਾਈ, ਇਹ ਸਾਡੀ ਪਾਕਿਸਤਾਨ ਏਅਰਲਾਈਨ ਆ, ਪੀ ਆਈ ਏ ਏਅਰਲਾਈਨ, ਜੇ ਦੁਨੀਆ ਦੇ ਉੱਤੇ ਇੱਕ ਨਾਂ ਸੀ ਇਹਦਾ। ਇਹਨੇ ਬੜੀਆਂ ਏਅਰਲਾਈਨਾਂ ਬਣਾਈਆਂ ਨੇ, ਕਤਰ, ਦੋਹਾ, ਸਾਰੀਆਂ ਇਹਨਾਂ ਨੇ ਸਿਖਾਈਆਂ। ਉਹ ਅੱਗੇ ਨਿਕਲ ਗਏ, ਇਹ ਫਿਰ ਪਿੱਛੇ ਰਹਿ ਗਏ। ਭਾਅ ਜੀ ਪਤਾ ਕੀ ਆ, ਬੱਚਿਆਂ ਦਾ ਤੁਸੀਂ ਨਾ ਥੋੜ੍ਹੀ ਜਿਹੀ ਕੋਈ ਲੈਸ ਕਰੋ, ਬੱਚਿਆਂ ਦੀ ਜਿਹੜਾ ਰਿਲੀਫ ਦਵੋ ਮੈਨੂੰ। ਚਾਰ ਬੱਚੇ ਆ ਉੱਥੇ ਭਾਅ ਜੀ, ਕਿੰਨੀਆਂ ਸਵਾਰੀਆਂ ਹੁੰਦੀਆਂ ਇੱਕ ਜਹਾਜ਼ ਦੇ, ਵੱਡੇ ਜਹਾਜ਼ ਦੇ ਵਿੱਚ? ਉਹ ਭਾਈ ਜੰਬੋ ਜਹਾਜ਼ ਹੁੰਦੇ ਨੇ। ਜੰਬੋ ਦੇ ਵਿੱਚ ਕਿੰਨੇ ਬੰਦੇ ਬਹਿੰਦੇ ਆ ਟੋਟਲ? ਉਹ ਯਾਰ 300-400 ਬੰਦਾ ਬਹਿੰਦਾ ਭਾਅ ਜੀ। ਤੇ ਭਾਅ ਜੀ 400 ਬੰਦੇ ਦੇ ਵਿੱਚ ਮੇਰੇ ਬੱਚਿਆਂ ਦਾ ਕੀ, ਚੌਂ ਬੱਚਿਆਂ ਦਾ ਕੀ ਪਤਾ ਲੱਗਣਾ, ਉੱਥੇ ਘੁਲ ਮਿਲ ਕੇ ਫਿਰੀ ਜਾਣ। ਭਾਅ ਜੀ ਜੇ ਮੈਂ UK ਚਲਾ ਗਿਆ ਫਿਰ ਮੈਂ ਜਰਮਨ ਵੀ ਉੱਥੋਂ ਜਾ ਸਕਦਾ? ਉਹ ਨਹੀਂ ਭਾਈ, ਜਰਮਨ ਲਹਿਦਾ ਵਾ ਮੁਲਕ, ਉਹ ਯੂਰਪ ਦੇ ਵਿੱਚ ਆ, UK ਲਹਿਦਾ ਹੈਗਾ ਇੱਧਰ। ਨਹੀਂ ਉਹ ਜਰਮਨ 'ਚ ਨਾ ਮੇਰੇ ਰਿਸ਼ਤੇਦਾਰ ਵਾ ਉੱਥੇ, ਉਮਰ ਸ਼ਾਹ ਸਾਹਿਬ ਆ ਅਤੇ ਅਨੀਲ ਅਨਵਰ ਆ, ਉਹਨਾਂ ਨੂੰ ਵੀ ਮਿਲਣ ਜਾਣਾ। ਉਮਰ ਸ਼ਾਹ ਕੋਲੋਂ ਤੂੰ ਦਮ ਕਰਾਉਣ ਜਾਣਾ ਅੱਧੇ ਸਿਰ ਦਾ? ਦੱਸ ਮੈਨੂੰ, ਕੰਮ ਕਰਨ ਦੇ ਉਹਨਾਂ ਨੂੰ ਕਾਹਦੇ ਲਈ ਤੰਗ ਕਰ ਰਿਹਾ ਤੂੰ? ਬਲਕਿ ਮੈਂ ਕਹਿੰਦਾ ਤੂੰ ਇੱਧਰ ਵੀ ਨਾ ਜਾ, ਤੂੰ ਘਰ ਜਾ ਮੇਰਾ ਭਰਾ, ਜਿੰਨਾ ਸਮਾਨ ਤੈਨੂੰ ਲਿਖਾ ਰਿਹਾ ਨਾ ਅਤੇ ਤੇਰੇ ਕੋਲ ਨਹੀਂ ਲਿਜਾਇਆ ਜਾਣਾ। ਹਾਂਜੀ, ਟਿਕਟ ਦਾ ਕੀ ਰੇਟ? 1,42,000। 1,42,000 ਰੁਪਇਆ ਜੀ ਰਿਟਰਨ ਟਿਕਟ ਆ ਤੁਹਾਡੀ। ਇੱਥੋਂ ਤੁਸੀਂ ਦੋਹਾ ਜਾਓਗੇ, ਦੋਹਾ ਉਤਰੇਗੀ ਫਲਾਈਟ 3 ਘੰਟੇ ਉੱਥੇ, ਲੇਕਿਨ ਇੱਥੇ ਤੁਹਾਨੂੰ ਪਹਿਲੇ ਆਉਣਾ ਪੈਣਾ, 6 ਘੰਟੇ ਤੁਹਾਨੂੰ ਪਹਿਲੇ ਆਉਣਾ ਪੈਣਾ ਏਅਰਪੋਰਟ 'ਤੇ। ਉਹ ਕੀ ਕਰਨਾ ਜੀ, ਸਫਾਈ ਕਰਨੀ? ਉਹ ਭਾਅ ਜੀ ਸਮਾਨ ਬੁੱਕ ਕਰਾਉਣਾ ਹੁੰਦਾ ਹੈ, ਫਿਰ ਉੱਥੇ ਬੋਰਡਿੰਗ ਕਾਰਡ ਬਣਨੇ ਹੁੰਦੇ ਨੇ, ਸਾਰੀ ਚੈਕਿੰਗ ਹੁੰਦੀ ਹੋਣੀ ਆ। ਚਲੋ ਤੈਨੂੰ ਘਰੋਂ ਲੈ ਲਵੇ ਜਹਾਜ਼ ਭਾਅ ਜੀ। 1,42,000 ਰੁਪਇਆ ਬਣਦਾ? ਹਾਂਜੀ। ਇਹਦੀਆਂ ਕਿਸ਼ਤਾਂ ਬਣਾਓ ਕਿੰਨੀਆਂ ਬਣਦੀਆਂ? ਉਹ ਮਰ ਗਿਆ, ਕਿਸ਼ਤਾਂ ਤੈਨੂੰ ਕਾਹਦੀਆਂ, ਕੋਈ TV ਲੈਣ ਲੱਗਾ ਮੇਰੇ ਕੋਲੋਂ, ਕੋਈ ਫਰਿੱਜ? ਟਿਕਟ ਦੇ ਪੈਸੇ ਜਿਹੜੇ ਲੈਣੇ ਏਅਰਲਾਈਨ ਵਾਲਿਆਂ ਨੇ ਲੈਣੇ ਆ, ਸਾਡਾ ਥੋੜ੍ਹਾ ਜਿਹਾ ਮਾਰਜਨ ਹੁੰਦਾ, ਉਹ ਤੁਹਾਡੇ ਕੋਲ ਨਹੀਂ ਲਵਾਂਗੇ ਅਸੀਂ। ਚਲੋ ਜੀ ਤੁਸੀਂ ਨਹੀਂ ਨਾ, 1,42,000 ਦੀਆਂ ਕਿਸ਼ਤਾਂ ਨਹੀਂ ਨਾ ਕਰਨੀਆਂ, ਨਹੀਂ ਨਾ ਕਰਨੀਆਂ, ਨਹੀਂ ਟੋਟੇ ਕਰ ਲਓ, ਤਿੰਨ ਟੋਟੇ ਕਰ ਲਓ, ਜਿੱਦਾਂ ਬੰਦਾ ਤੇਰੇ ਨਾ ਟੋਟੇ ਕਰਦੀ ਹੈ। ਉਹ ਮੇਰੇ ਪਿਓ ਦੇ ਜਹਾਜ਼ ਆ ਯਾਰ, ਤੈਨੂੰ ਕੈਸੀ ਸਮਝ ਨਹੀਂ ਲੱਗਣ ਦੇ, ਤੂੰ ਪਹਿਲੀ ਵਾਰੀ ਚੱਲਾਂ, ਤੂੰ ਬਹਿਸ ਇੰਨੀ ਕਰ ਰਿਹਾ, ਤੂੰ ਮੇਰਾ ਭਰਾ ਨਹਾ ਕੇ ਆ ਪਹਿਲੇ। ਦੇਖੋ ਭਾਅ ਜੀ ਗੱਲ ਇਹ ਆ ਵੀ ਮੈਂ ਨਾ, ਮੇਰਾ ਸ਼ੌਕ ਆ ਵੀ ਮੈਂ ਨਾ ਸਾਰੀ ਦੁਨੀਆ ਦੇਖਾਂ, ਅਤੇ ਭਾਅ ਜੀ ਆਹ ਤਾਂ ਇੱਥੇ ਮੈਂ ਕਈ ਦਫ਼ਾ ਗਿਆ ਵਾਂ, ਆਹ ਜਿਹੜਾ ਇੱਧਰ ਹੋ ਜਾ, ਜਹਾਜ਼ ਦੇ ਥੱਲੇ ਨਾ ਆ ਜਾਈ, ਆ ਸਿੱਧਾ ਤੇਰੇ ਵੱਲ ਹੀ ਆ ਰਿਹਾ। ਇਹ ਇੱਥੇ ਤੂੰ ਕਿੱਥੇ ਚਲਾ ਗਿਆ, ਤੇਰਾ ਤਾਂ ਪਹਿਲਾ ਵੀਜ਼ਾ ਲੱਗਾ? ਨਹੀਂ ਭਾਅ ਜੀ ਆਹ ਬੈਰੀਆ ਟਾਊਨ ਇੱਥੇ ਆ ਵਾ, ਮੈਂ ਇੱਥੇ ਕਈ ਦਫ਼ਾ ਗਿਆ ਗਿਆ। ਈਫਲ ਟਾਵਰ ਹੈਗਾ ਇਸ ਪੈਰਿਸ ਦੇ ਵਿੱਚ ਆ, ਪੈਰਿਸ 'ਚ, ਇਹ ਯੂਰਪ ਆ। ਨਹੀਂ ਭਾਅ ਜੀ ਉੱਥੇ ਮੈਂ ਗਿਆ ਵਾਂ, ARY ਨਿਊਜ਼ ਦਾ ਦਫ਼ਤਰ ਨਹੀਂ ਜਿੱਥੇ ਪੈਸੇ ਉਹਨਾਂ ਨੇ ਬਣਾਈ ਆ, ਮਤਲਬ ਡਮੀ ਬਣਾਈ, ਇਹਦੀ ਕਾਪੀ ਬਣਾਈ ਆ, ਅਸਲ ਇਹ ਵਾ ਅਜੂਬਾ ਦੁਨੀਆ ਦੇ ਉੱਤੇ, ਇਹ ਸਿਰਫ ਲੋਹਾ ਹੀ ਲੱਗਾ ਇਹਦੇ 'ਚ, ਇਹਦੇ 'ਚ ਨੱਟ ਨੁੱਟ ਵੀ ਨਹੀਂ ਲੱਗੇ, ਕੈਸੀ ਗੱਲ? ਆਹ ਵੀ ਮੈਂ ਦੇਖਿਆ ਭਾਅ ਜੀ, ਉਹ ਇੰਗਲਿਸ਼ ਫਿਲਮਾਂ ਦੇ ਵਿੱਚ ਇਹਦੇ ਵਿੱਚ ਉਹ ਅੰਗਰੇਜ਼ ਆਪਸ ਮੇਂ ਲੜਦੇ ਆ ਇੱਦਾਂ ਗੋਲ ਜਿਹੇ ਚੱਕਰ ਦੇ ਵਿੱਚ, ਇੱਥੇ ਅਸੀਂ ਆਪਸ 'ਚ ਨਾ ਲੜ ਪਈਏ। ਚੱਲ ਮੇਰਾ ਭਰਾ, ਚੱਲ ਚੱਲ ਭਾਅ ਜੀ, ਇਹਦਾ ਕੀ ਭਾਅ ਵਾ? ਇਹ ਤੋਲ ਕੇ ਲੈਣਾ ਤੂੰ? ਉਹ ਐਮਰੇਟਸ ਏਅਰਲਾਈਨ ਆ ਇਹ ਭਾਅ ਜੀ, ਇੱਦਾਂ ਦਾ ਜਹਾਜ਼ ਨਾ, ਮੇਰਾ ਮੁੰਡਾ ਵੀ ਘਰ ਹੈ ਉਹਦੇ ਨਾਲ ਖੇਡਦਾ ਰਹਿੰਦਾ ਵਾ ਇੱਦਾਂ ਦਾ, ਅਤੇ ਤੂੰ ਬੱਚੇ ਉਹਦੇ 'ਚ ਭਾ ਦੇ ਅਤੇ ਆਪ ਵੀ ਪਿੱਛੇ ਬਹਿ ਜਾਈਂ ਉਹਦੇ 'ਚ ਚਲੇ ਜਾਵੋ ਫਿਰ। ਇਹਦਾ ਇਹ ਕਤਰ ਏਅਰਲਾਈਨ ਆ, ਇਹ ਕਤਰ ਸਮਝਦੇ ਹੋ? ਹਾਂਜੀ ਹਾਂਜੀ, ਆਹ ਸਾਊਦੀਆ ਏਅਰਲਾਈਨ ਆ, ਇੱਥੇ ਹੱਜ ਉਮਰੇ ਦਾ ਪੈਕੇਜ ਵੀ ਸਾਰਾ ਚੱਲਦਾ। ਅਤੇ ਭਾਅ ਜੀ ਇਹਨਾਂ 'ਚੋਂ ਸਸਤੀ ਕਿਹੜੀ ਆ? ਇਹ ਸਸਤੀ ਮੌਤ ਹੀ ਹੈ, ਸਸਤੀ ਮੌਤ ਹੀ ਹੈ। ਉਹ ਯਾਰ ਇਹਦੇ ਵਿੱਚ ਸਸਤੀ ਕਿਹੜੀ ਹੁੰਦੀ ਹੈ ਤੈਨੂੰ, ਇਹ ਤਾਂ ਦੱਸ ਦੇ ਭਾਅ ਜੀ। ਇਹ ਸਾਰੇ ਜਹਾਜ਼ ਖਲੋਤੇ ਆ, ਦੱਸੋ ਕਿਹਦੇ 'ਚ ਬਹਿਣਾ ਤੁਸੀਂ? ਨਹੀਂ ਨਹੀਂ, ਮੈਂ ਤਾਂ ਕਹਿੰਦਾ ਇੱਥੇ ਥੱਲੇ ਹੀ ਬਹਿ ਜਾਓ, ਥੱਲੇ ਬਹਿ ਜਾਓ। ਨਹੀਂ ਭਾਅ ਜੀ ਨਹੀਂ, ਥੱਲੇ ਬਹੋਗੇ ਨਾ ਤੁਹਾਨੂੰ ਸਾਰੇ ਸਹੀ ਦਿਸਣਗੇ। ਇਹ ਸਾਡੀ ਏਅਰਲਾਈਨ ਹੈਗੀ ਹੈ, ਇਹਦੇ 'ਚ ਬਹਿ ਜਾਓ, ਇਹਦੇ 'ਚ ਸਾਰੇ ਆਪਣੇ ਲੋਕ ਹੁੰਦੇ ਨੇ, ਪਿਆਰ ਮੁਹੱਬਤ ਨਾਲ ਤੁਸੀਂ ਚਲੇ ਜਾਓਗੇ। ਇਹ ਜਿਹੜੀਆਂ ਏਅਰਲਾਈਨਾਂ ਨਾ, ਇਹਦੇ 'ਚ ਤੈਨੂੰ ਸਮਝ ਨਹੀਂ ਆਉਣੀ ਕੀ ਤੂੰ ਮੰਗਣਾ ਤਾਂ ਕੀ। ਇੰਗਲਿਸ਼ ਆਉਂਦੀ ਤੈਨੂੰ? ਪੜ੍ਹੇ ਲਿਖੇ ਪਾਣੀ ਕਿਸ ਤਰ੍ਹਾਂ ਮੰਗੇਗਾ? ਮੈਂ ਕਹਾਂਗਾ ਪਾਣੀ। ਹੈਂ ਕੀ ਕਹਿ? ਪਾਣੀ ਕਹਿਣਾ ਵਾ, ਹੁਣ ਕੀ ਕਹਿਣਾ? ਵਾਟਰ, ਵਾਟਰ ਪਲੀਜ਼, ਪਲੀਜ਼ ਵਾਟਰ, ਪਲੀਜ਼ ਵਾਟਰ, ਹਾਂ ਇਹ ਕਹਿਣਾ। ਖਾਣਾ ਕਿਸ ਤਰ੍ਹਾਂ ਮੰਗੇਗਾ? ਭੁੱਖ ਲੱਗੀ, ਇਹ ਦਰਦ ਹੋ ਰਹੀ? ਨਹੀਂ, ਉਹ ਬੰਦਾ ਕਹਿੰਦਾ ਨੀ ਵੀ ਯਾਰ ਮੈਨੂੰ ਜੇ ਬੋਲਣਾ ਨਾ, ਵੀ ਤਾਂ ਗੂੰਗਿਆਂ ਦੀ ਜ਼ੁਬਾਨ ਇੱਕੋ ਹੀ ਹੁੰਦੀ ਪੂਰੀ ਦੁਨੀਆ 'ਤੇ, ਉਹਨੂੰ ਬੁਲਾ ਕੇ ਤੂੰ ਕਹਿਣਾ ਹੈ ਗੂੰਗਿਆਂ ਨਾਲ, ਗੂੰ ਕਹਿ ਦੇ ਹਰ ਚੀਜ਼ ਮਿਲ ਜਾਏਗੀ ਤੈਨੂੰ। ਅਤੇ ਭਾਅ ਜੀ ਹੁਣ ਇਹ ਆ ਵੀ ਮੈਂ ਜਾਣਾ ਤਾਂ ਹੈ, ਜਾਣਾ ਤਾਂ ਤੂੰ ਹੈ ਹੀ ਆ,
बड़े सारे वाकफ आल्चर मुहबत है ना। हाँ इथो चुला लै जा सत्ता चुल्हे की सवाह लै जा इथो।